ਪੰਜਾਬੀ ਰਾਈਟਰਜ਼ ਐਸੋਸੀਏਸ਼ਨ ਟੋਰਾਂਟੋ ਵੱਲੋਂ ਆਪਣੀ ਮਹੀਨਾਵਾਰ ਮੀਟਿੰਗ ਕਲਮਾਂ ਦਾ ਕਾਫਲਾ ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ। ਪੇਸ਼ ਹੈ ਖਾਸ ਰਿਪੋਰਟ। ਪੰਜਾਬੀ ਰਾਈਟਰਜ਼ ਐਸੋਸੀਏਸ਼ਨ ਟੋਰਾਂਟੋ ਵੱਲੋਂ ਆਪਣੀ ਮਹੀਨਾਵਾਰ ਮੀਟਿੰਗ ਕਲਮਾਂ ਦਾ ਕਾਫਲਾ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਤੇ ਸਾਹਿਤਕਾਰਾਂ ਵੱਲੋਂ ਉਸ ਸਮੇਂ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਜਬਰ ਜ਼ੁਲਮ ਦੇ ਖਿਲਾਫ਼ ਲੜਨ ਲਈ ਲਾਮਬੱਧ ਹੋਣ ਦਾ ਸੱਦਾ ਵੀ ਦਿੱਤਾ ਗਿਆ। ਸਾਹਿਤਕਾਰਾਂ ਨੇ ਕਿਹਾ ਹੈ ਕਿ ਸਾਨੂੰ ਆਪਣਾ ਇਤਿਹਾਸ ਯਾਦ ਰੱਖਣਾ ਚਾਹੀਦਾ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਮੁੱਲ ਵੀ ਮੋੜਨਾ ਚਾਹੀਦਾ ਹੈ। ਇਸ ਮੌਕੇ ਤੇ ਡਾਕਟਰ ਬਲਜਿੰਦਰ ਸੇਖੋਂ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਦੇ ਉੱਪਰ ਪੇਪਰ ਵੀ ਪੜਿਆ ਗਿਆ, ਜਿਸ ਵਿੱਚ ਉਹਨਾਂ ਦੱਸਿਆ ਕਿ 100 ਸਾਲ ਪਹਿਲਾਂ ਵਾਲੇ ਜਨਰਲ ਡਾਇਰ ਅੱਜ ਵੀ ਸਾਡੇ ਸਮਾਜ ਵਿੱਚ ਮੌਜੂਦ ਨੇ ਜੋ ਕਿਰਤੀ ਲੋਕਾਂ ਦਾ ਖੂਨ ਪੀ ਰਹੇ ਨੇ। ਇਸ ਦੌਰਾਨ ਕਵੀ ਦਰਬਾਰ ਵੀ ਕਰਵਾਇਆ ਗਿਆ ਅਤੇ ਕਾਫਲੇ ਦੀ ਚੋਣ ਦੌਰਾਨ ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ ਅਤੇ ਓਂਕਾਰਪ੍ਰੀਤ ਨੂੰ ਕੋਆਰਡੀਨੇਟਰ ਨਿਯੁਕਤ ਵੀ ਕੀਤਾ ਗਿਆ। ਦੋ ਜੀਪਾਂ ਜਿਹੜੀਆਂ ਮਸ਼ੀਨ ਗੱਲਾਂ ਵਾਲੀਆਂ ਸੀ ਉਹ ਗਲੀ ਤੰਗ ਕਰਕੇ ਉੱਥੇ ਜਾ ਨਹੀਂ ਸਕੀਆਂ, ਉਹ ਪਿੱਛੇ ਰੋਕ ਕੇ ਆਏ ਨੇ ਉਹ ਸਾਰਾ ਗੋਲੀ ਜਿਹੜੀ ਤਿੰਨ ਤਿੰਨ ਚਾਰ ਚਾਰ ਬੰਦਿਆਂ ਨੂੰ ਮੈਨੂੰ ਕੇ ਅੱਗੇ ਚੱਲਦੀ ਹੈ। ਮੈਂ ਮਹਿਸੂਸ ਕਰਦਾ ਕਿ ਜਦੋਂ ਗੱਲ ਕਰ ਰਹੇ ਹੋਈਏ ਤਾਂ ਫੋਕਸ 'ਤੇ ਰਹੇ ਇੱਕ ਥਾਂ ਤਾਂ ਜ਼ਿਆਦਾ ਚੰਗਾ ਰਹਿੰਦਾ ਹੈਗਾ। ਉਹਦੇ ਨਾਲ ਪਹਿਲਾਂ ਜਿਹੜੀ ਗੱਲ ਕੀਤੀ ਆ ਕਿ 1919 ਅਤੇ 2020 ਦੇ ਵਿੱਚ ਕੋਈ ਫਰਕ ਨਹੀਂ ਪਿਆ ਹੈ, ਲੋਕਾਂ ਨੂੰ ਕਿੰਨੇ ਕੁ ਅਧਿਕਾਰ ਮਿਲੇ ਹੈਗੇ ਆ। ਮੇਰੀ ਫੀਲਿੰਗ ਇਹ ਆ ਮੁਨਾਦੀ ਵੀ ਹੋਈ ਆ, ਪਰ ਇਹਦੇ ਬਾਵਜੂਦ ਵੀ ਇੱਕ ਬੰਦਾ ਜਿਹੜਾ ਬਾਅਦ ਦੇ ਵਿੱਚ ਵਾਅਦਾ ਮਾਫ਼ ਬਣ ਗਿਆ। ਮੰਨ ਲਓ ਕਿ ਜੇ ਉੱਥੇ ਕਰਫਿਊ ਲੱਗਾ ਹੈਗਾ ਜਾਂ ਉੱਥੇ ਦੇਸ਼ ਭਗਤ ਯਾਦਗਾਰ ਕਮੇਟੀ ਵਾਲਿਆਂ ਨੂੰ ਜਾਣ ਨਹੀਂ ਦਿੱਤਾ, ਉਹਦੇ 'ਚ ਘਾਟ ਸਾਡੀ ਹੋਵੇ, ਸਾਨੂੰ ਦੱਸਣ ਵਾਲਿਆਂ ਦੀ ਹੋਵੇ, ਸਾਨੂੰ ਸਮਝਾਉਣ ਵਾਲਿਆਂ ਦੀ ਹੋਵੇ। ਅੱਜ ਜਿਹੜੀ ਸਾਡੇ ਕਾਫਲੇ ਦੀ ਜਿਹੜੀ ਮੰਥਲੀ ਮੀਟਿੰਗ ਹੁੰਦੀ ਆ ਅਪ੍ਰੈਲ ਮਹੀਨੇ ਦੀ ਉਹ ਹੋਈ ਆ, ਜਿਹਦੇ ਵਿੱਚ ਅਸੀਂ ਜਿੱਥੇ ਸਾਡੀ ਅੱਜ ਚੋਣ ਹੋ ਰਹੀ ਹੈ ਨਵੇਂ ਕੋਆਰਡੀਨੇਟਰਾਂ ਦੀ ਉਹ ਹੋਵੇਗੀ, ਔਰ ਉਸ ਦੇ ਨਾਲ ਹੀ ਜਿਹੜਾ ਜਲ੍ਹਿਆਂਵਾਲੇ ਬਾਗ ਦਾ ਜੋ 100 ਸਾਲਾ ਮਨਾਇਆ ਜਾ ਰਿਹਾ ਉਹਦੇ ਬਾਰੇ ਅਸੀਂ ਆਪਣਾ ਫਰਜ਼ ਸਮਝਦੇ ਹੋਇਆਂ ਗੱਲਬਾਤ ਕੀਤੀ ਹੈ, ਜਿਹਦੇ ਵਿੱਚ ਜਿਹੜੀ ਆ ਕੋਸ਼ਿਸ਼ ਕੀਤੀ ਗਈ ਹੈ ਗੱਲਬਾਤ ਕਰਨ ਦੀ ਕਿ 100 ਸਾਲ ਦੇ ਵਿੱਚ ਕੀ ਬਦਲਿਆ ਸਾਡੇ ਦੇਸ਼ ਦੇ ਵਿੱਚ, ਅਸੀਂ ਕਿੰਨਾ ਕੁ ਖੱਟ ਸਕੇ ਹਾਂ ਆਜ਼ਾਦ ਹੋ ਕੇ, ਉਹਦੇ ਬਾਰੇ ਗੱਲਬਾਤ ਕੀਤੀ ਗਈ ਹੈ। ਇਸ ਤਰ੍ਹਾਂ ਕਵੀ ਦਰਬਾਰ ਵੀ ਅੱਗੇ ਹੋ ਰਿਹਾ, ਇਸ ਤਰ੍ਹਾਂ ਕਰਕੇ ਜਿਹੜੀ ਆ ਗੱਲਬਾਤ ਅੱਗੇ। ਅੱਜ ਇੱਥੋਂ ਦੀ GTA ਦੀ ਜਿਹੜੀ ਸਾਹਿਤਕ ਸੰਸਥਾ ਕਲਮਾਂ ਦਾ ਕਾਫਲਾ, ਉਹਦੀ ਮਹੀਨਾਵਾਰ ਮੀਟਿੰਗ ਆ, ਔਰ ਇਹ ਮਹੀਨਾਵਾਰ ਮੀਟਿੰਗ ਜਿਹੜੀ ਆ ਇਹ ਸਮਰਪਿਤ ਹੈ 1919 ਦੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ। ਇਹਦੇ ਵਿੱਚ ਡਾਕਟਰ ਬਲਜਿੰਦਰ ਸਿੰਘ ਸੇਖੋਂ ਹੋਰਾਂ ਨੇ ਇੱਕ ਪੇਪਰ ਪੜ੍ਹਿਆ ਜਿਹਦੇ ਵਿੱਚ 1919 ਵਿੱਚ ਜੋ ਜਲ੍ਹਿਆਂਵਾਲੇ ਬਾਗ ਦੇ ਵਿੱਚ ਨਿਹੱਥੇ ਭਾਰਤੀਆਂ ਦੇ ਉੱਤੇ ਜ਼ਾਲਮ ਅੰਗਰੇਜ਼ ਨੇ ਗੋਲੀ ਚਲਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਾਦਤ ਦਾ ਜਾਮ ਪਿਆਇਆ, ਸ਼ਹੀਦ ਕੀਤੇ, ਉਸ ਸੰਬੰਧ ਵਿੱਚ ਸੇਖੋਂ ਸਾਹਿਬ ਨੇ ਬੜੀ ਵਿਸਥਾਰ ਨਾਲ ਡਿਟੇਲ ਦੇ ਵਿੱਚ ਉਹਨਾਂ ਹਾਲਤਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਹਾਲਤਾਂ ਦੇ ਵਿੱਚ ਇਹ ਹਾਲਾਤ ਬਣੇ ਔਰ ਜਿਨ੍ਹਾਂ ਹਾਲਤਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਦੇਸ਼ ਭਗਤ ਆ ਉਹਨਾਂ 'ਤੇ ਜਿਹੜੇ ਜ਼ੁਲਮ ਹੁੰਦੇ ਸੀਗੇ ਉਹਨਾਂ ਦੇ ਵਿਰੋਧ ਦੇ ਵਿੱਚ ਜਦੋਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਲੋਕ ਇਕੱਠੇ ਹੋਏ ਤਾਂ ਉਹਨਾਂ ਨੂੰ ਨਿਹੱਥਿਆਂ ਨੂੰ ਕੋ ਕੋ ਕੇ ਮਾਰਿਆ ਗਿਆ, ਸਿੱਧੀਆਂ ਗੋਲੀਆਂ ਚਲਾਈਆਂ ਗਈਆਂ। ਤਾਂ ਉਸ ਸ਼ਹਾਦਤ ਨੂੰ ਉਸ ਘਟਨਾ ਨੂੰ ਹੋਇਆਂ ਅੱਜ 100 ਸਾਲ ਹੋ ਗਿਆ ਅਤੇ ਇਹ ਜਿਹੜੀ ਸ਼ਤਾਬਦੀ ਹੈ ਇਹ ਇੱਕ ਤਾਂ ਇਤਿਹਾਸ ਨੂੰ ਜਾਣਨ ਵਾਸਤੇ, ਇਤਿਹਾਸ ਨੂੰ ਯਾਦ ਰੱਖਣ ਵਾਸਤੇ ਔਰ ਜ਼ੁਲਮ ਅਤੇ ਜਿਹੜਾ ਸਿਤਮ ਹੈ ਉਹਦੇ ਖਿਲਾਫ਼ ਲੜਨ ਵਾਸਤੇ ਇੱਕ ਪ੍ਰੇਰਨਾ ਦਾ ਸੋਮਾ ਜਿਹੜਾ ਅੱਜ ਵਾਲਾ ਪ੍ਰੋਗਰਾਮ ਬਣਿਆ। ਅੱਜ ਕਲਮਾਂ ਦੇ ਕਾਫਲੇ ਵੱਲੋਂ ਜਿਹੜੀ ਮੰਥਲੀ ਮੀਟਿੰਗ ਆ ਉਹ ਹੋ ਰਹੀ ਹੈ ਅਤੇ ਅੱਜ ਜਿਹੜੀ ਕਲਮਾਂ ਦੇ ਕਾਫਲੇ ਵੱਲੋਂ ਮੀਟਿੰਗ ਜਲ੍ਹਿਆਂਵਾਲੇ ਬਾਗ ਨੂੰ 100 ਸਾਲ ਦੀ ਜਿਹੜੀ ਸ਼ਤਾਬਦੀ ਅਸੀਂ ਮਨਾ ਰਹੇ ਹਾਂ ਉਹ ਉਸਨੂੰ ਸਮਰਪਿਤ ਸੀਗੀ। ਡਾਕਟਰ ਸੇਖੋਂ ਨੇ ਇਹਦੇ 'ਤੇ ਪੂਰਾ ਜਿਹੜਾ ਜਾਣਕਾਰੀ ਸਾਨੂੰ ਪੂਰਾ ਪੇਪਰ ਉਹਨਾਂ ਦਾ ਸੀਗਾ, ਉਹਨਾਂ ਨੇ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ ਸਾਨੂੰ ਸਾਂਝੀ ਸਾਡੇ ਨਾਲ ਕੀਤੀ। ਅੱਜ ਦਾ ਪ੍ਰੋਗਰਾਮ ਕਲਮਾਂ ਦਾ ਕਾਫਲਾ ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਜਲ੍ਹਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਦੇਣ ਦਾ ਪ੍ਰੋਗਰਾਮ ਸੀਗਾ, ਉਹਦੇ ਵਿੱਚ ਮੈਨੂੰ ਵੀ ਕੁਛ ਆਪਣੇ ਵਿਚਾਰ ਰੱਖਣ ਦਾ ਮੌਕਾ ਮਿਲਿਆ, ਜਿਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜੋ ਹਾਲਾਤ ਉਦੋਂ ਸੀ ਉਹੀ ਹੋਣਾ, ਜੇ ਉਦੋਂ ਦਫਾ 144 ਲੱਗੀ ਸੀ ਤਾਂ ਅੱਜ ਵੀ ਦਫਾ 144 ਲੱਗੀ ਹੈ, ਜੇ ਉਦੋਂ ਲੋਕਾਂ ਨੇ ਆਪਣੀ ਜਾਨ ਬਚਾਉਣ ਖਾਤਰ ਖੂਹ 'ਚ ਛਾਲਾਂ ਮਾਰੀਆਂ, ਅੱਜ ਲੋਕ ਆਪਣੀਆਂ ਨੌਕਰੀਆਂ ਬਚਾਉਣ ਖਾਤਰ ਆਪਣਾ ਰੁਜ਼ਗਾਰ ਲੈਣ ਖਾਤਰ ਲੋਕ ਖੂਹ 'ਚ ਛਾਲਾਂ ਮਾਰੀ ਜਾਂਦੇ ਨੇ, ਜੋ ਉਸ ਵੇਲੇ ਹੋਇਆ ਤਕਰੀਬਨ ਜਾਣੀ ਉਹਦੇ ਮਿਲਦੀਆਂ ਜੁਲਦੀਆਂ ਘਟਨਾਵਾਂ ਅੱਜ ਨੇ। ਇੱਕ ਉਹਦੇ ਨਾਲ ਕੁਛ ਹੋਰ ਮੈਂ ਗੱਲ ਸਾਹਮਣੇ ਇਹ ਲਿਆਉਂਦੀ ਸੀਗੀ ਕਿ ਜਲ੍ਹਿਆਂਵਾਲੇ ਬਾਗ 'ਚ ਜੋ ਕੁਛ ਹੋਇਆ ਤਕਰੀਬਨ ਸਾਰੇ ਪੰਜਾਬੀਆਂ ਨੂੰ ਪਤਾ ਹੈਗਾ, ਪਰ ਉਸ ਤੋਂ 2 ਦਿਨ ਪਹਿਲਾਂ ਵੀ 25 ਲੋਕ ਸ਼ਹੀਦ ਕਰ ਦਿੱਤੇ ਗਏ ਸਿਰਫ ਇਸ ਕਰਕੇ ਕਿ ਉਹ ਆਪਣੇ 2 ਲੀਡਰਾਂ ਦੀ ਰਿਹਾਈ ਦੀ ਫਰਿਆਦ ਕਰਨ ਡਿਪਟੀ ਕਮਿਸ਼ਨਰ ਦੀ ਗੋਠੀ ਵੱਲ ਨੂੰ ਚੱਲੇ ਸੀ ਅਤੇ ਉਹਨਾਂ ਨੂੰ ਰਸਤੇ ਦੇ ਵਿੱਚ ਅੰਗਰੇਜ਼ ਡਰੇ ਹੋਏ ਸੀ ਕਿ ਜੇ ਇਹ ਸਿਵਲ ਲਾਈਨ ਦੇ ਵਿੱਚ ਚਲੇ ਗਏ ਤਾਂ ਪਤਾ ਨਹੀਂ ਸਾਰੇ ਅੰਗਰੇਜ਼ਾਂ ਦਾ ਜਾਂ ਅੰਗਰੇਜ਼ਾਂ ਦਾ ਨੁਕਸਾਨ ਕਰਨਗੇ, ਮਾਰਨਗੇ, ਕੁੱਟਣਗੇ, ਪਰ ਉਹਨਾਂ ਨੂੰ ਉੱਥੇ ਜਾਣ ਤੋਂ ਰੋਕਿਆ ਗਿਆ।
पहला तीन बंद शहीद कर दिता गया, उस बाद फिर लोग होर कट्ठे हो गए। सवेरे 400 की गिणती सी, पर शाम जानी 2 बजे तक करते करते 2-3 हज़ार के नेड़े लोग हो गए। वो फिर गोली चलाई अंग्रेज़ों ने, जिद 22 बंदे होर शहीद करते गए। उदू बाद अमृतसर के अफरा तफरी भी हुई, उस कुछ अंग्रेज़ भी मारे गए, कुछ औरतां कुटिया भी गई, पर यह सारा कुछ लोगों ने उदों किया जो उन्होंने शांतमई जलूस के जेड़े सिर्फ फरियाद कर चले थे कि साढ़े लीडर छड़ दिता जाए, उन्होंने शहीद कर दिता गया। सो वह गल्लां भी अज सामने आई हैं, तो उस तो बाद जो उहदा अजे तक जो नहीं बदलिया उहदियां गल्लां भी असीं इत्थे कीतियां। चढ़दी कला टाइम टीवी लई टोरंटो तो चमकौर माशी के दी रिपोर्ट।